ਸੋ ਗੁਰਜੀਤ ਕੁਝ ਮਿਸਿੰਗ ਨਹੀਂ ਲੱਗ ਰਿਹਾ? ਮਿਸਿੰਗ ਬੋਲੇ ਤੋਂ ਸਿੰਗਿੰਗ ਤੇ ਆਪਾਂ ਇੰਜੋਏ ਕਰ ਹੀ ਰਹੇ ਆ, ਮਸਤੀ ਮਸਤੀ ਥੋੜੀ ਜਿਹੀ ਮਿਸਿੰਗ ਲੱਗ ਰਹੀ ਹੈ। ਯੂ ਵਿਨ ਗੇਮ, ਯੈਸ 10 ਔਨ 10 ਦੀ ਗੇਮ ਵਿਦ ਜਜਸ, ਆਬਵੀਅਸਲੀ ਵਿਦ ਜਜਸ। ਆਲਰਾਈਟ, ਆਪਾਂ ਇਦਾਂ ਕਰਦੇ ਹਾਂ ਫਿਰ, ਕਿਹਨੇ ਕਿਹਨੇ ਭਾਈ ਸ਼ਵੇਤਾ ਜੀ, ਓਕੇ, ਐਂਡ ਅਲਾਪ ਜੀ, ਪਲੀਜ਼ ਕਮ ਔਨ ਦ ਸਟੇਜ। ਚਲੋ ਜੀ, ਜ਼ੋਰਦਾਰ ਤਾੜੀਆਂ ਜਜਸ ਲਈ। ਪ੍ਰੋਪਰਟੀ ਸਾਡੇ ਕੋਲ ਪਹੁੰਚ ਚੁੱਕੀਆਂ ਨੇ, ਟਿੰਗੂ ਮਿੰਗੂ ਦੀ ਜਿਹੜੀ ਟੀਮ ਹੈ ਜੀ ਇੱਥੇ ਪਹੁੰਚ ਚੁੱਕੀ ਹੈ ਸਾਰੀ, ਉਹ ਯੈਲੋ ਕੱਪੜਿਆਂ ਦੇ ਵਿੱਚ, ਮਤਲਬ ਕਿ ਉਹ ਸਮਾਈਲੀਜ਼ ਉੱਧਰ ਪਈਆਂ ਨੇ, ਅਤੇ ਇੱਧਰ ਇੱਕ ਖਾਲੀ ਜਿਹੜੀ ਬਾਲਟੀ ਪਈ ਹੈ ਜੀ ਇੱਥੇ ਜੀ। ਤੁਸੀਂ ਉੱਧਰੋਂ ਦੀ ਤੁਹਾਨੂੰ 15-15 ਚਾਂਸਿਸ ਮਿਲਣਗੇ, ਮਤਲਬ 15 ਬਾਲਸ ਈਚ ਤੁਹਾਨੂੰ ਮਿਲਣਗੀਆਂ, ਅਤੇ ਤੁਸੀਂ ਹੁਣ ਆਪਾਂ ਦੇਖਣਾ ਕਿ ਕੌਣ ਜ਼ਿਆਦਾ ਬੋਲਾਂ ਪਾਉਂਦਾ ਇਸ ਬਾਲਟੀ ਦੇ ਵਿੱਚ। ਪਰ ਸਿੱਧੀ ਬੋਲ ਨਹੀਂ ਜਾਣੀ ਚਾਹੀਦੀ ਹੈਗੀ, 2 ਟੱਪੇ ਨਾਲ ਨਹੀਂ ਜਾਣੀ ਚਾਹੀਦੀ, 3 ਟੱਪੇ ਨਾਲ ਨਹੀਂ ਜਾਣੀ ਚਾਹੀਦੀ, ਸਿਰਫ ਇੱਕ ਟੱਪਾ ਖਾ ਕੇ ਜਿਹੜੀ ਸਮਾਈਲੀ ਹੈ ਉਹ ਬਕਟ 'ਚ ਗਿਰਨੀ ਚਾਹੀਦੀ ਹੈ। ਰੈਡੀ? ਪਰ ਇੱਥੇ ਮੈਂ ਐਡ ਆਨ ਕਰਦਾ, ਵੀ ਆਲਸੋ ਹੈਵ ਅ ਟਵਿਸਟ। ਅੱਛਾ, ਇੱਕ ਟਵਿਸਟ ਵੀ ਹੈ ਜੋ ਕਿ ਅਸੀਂ ਆਫਟਰ ਦ ਗੇਮ ਰਿਵੀਲ ਕਰਾਂਗੇ, ਰਾਈਟ? ਇਹ ਹੁਣ ਦਿਸ ਇਜ਼ ਚੀਟਿੰਗ, ਸੋ ਇਟਸ ਅ ਸਸਪੈਂਸ, ਜੋ ਹਾਰੇਗਾ ਉਹਦੇ ਲਈ ਇੱਕ ਟਵਿਸਟ ਹੈ ਸਾਡੇ ਕੋਲ। ਹਾਰਨ ਵਾਲੇ ਤਾਂ ਬੋਲਾਂ ਤਾਂ ਨਹੀਂ ਇਕੱਠੀਆਂ ਕਰਾਉਣਗੇ ਕਿਤੇ, ਸੋ ਟ੍ਰਾਈ ਟੂ ਗਿਵ ਯੂਅਰ ਬੈਸਟ, ਰਾਈਟ? ਓਕੇ, ਹੂ ਇਜ਼ ਗੋਇੰਗ ਫਰਸਟ? ਆਈ ਐਮ ਅ ਮਾਡਰਨ ਵੂਮਨ, ਆਈ ਡੋਨਟ ਬਿਲੀਵ ਇਨ ਲੇਡੀਜ਼ ਫਰਸਟ। ਚਲੋ ਅੱਜ ਸ਼ੁਰੂ ਕਰਦੇ ਹਾਂ, ਅਲਾ ਵੀਰਾ ਸ਼ੁਰੂ ਕਰਨ ਜਾ ਰਿਹਾ ਹੈ, ਤੇ 15 ਚਾਂਸਿਸ, ਮਤਲਬ ਕਿ 15 ਸਮਾਈਲੀਜ਼ ਇਹਨਾਂ ਕੋਲ ਹੋਣਗੀਆਂ ਪਾਉਣ ਦੇ ਲਈ, ਅਤੇ ਆਪਾਂ ਸਾਰਿਆਂ ਨੇ ਕਾਊਂਟ ਕਰਨਾ ਕਿ ਰੌਂਡੀ ਨਾ ਪਿੱਟੀ ਜਾਵੇ, ਕਿੰਨੀਆਂ ਗੇਂਦਾਂ ਵਿੱਜਾਂ ਨੇ ਉਹ ਤਾਂ ਪਤਾ ਲੱਗ ਜਾਣਾ, ਪਰ ਇੱਕ ਟੱਪਾ ਖਾਣਾ ਚਾਹੀਦਾ, ਇਹ ਜ਼ਰੂਰੀ ਹੈ। ਐਂਡ ਗੋ ਫੋਰ ਇਟ। ਨੋ ਨੋ ਦੋ ਤਿੰਨ ਚਾਰ ਪੰਜ ਹੋਰ ਚਾਂਸਿਸ ਆ, ਤੇ ਹਾਲੇ ਤੱਕ ਸਿਰਫ 2 ਪਈਆਂ ਨੇ। ਇੱਕ ਹੋਰ, ਇੱਕ ਹੋਰ, ਦਸ ਵਿੱਚੋਂ ਹਾਲੇ ਤੱਕ 2 ਪਈਆਂ ਨੇ, 5 ਚਾਂਸਿਸ ਹੋ ਰਹੇ ਹਨ, ਤੇ ਇਹਨਾਂ ਨੂੰ ਜਿੱਤਣ ਦੇ ਲਈ 2 ਗੇਂਦਾਂ ਪਾਉਣੀਆਂ ਜ਼ਰੂਰੀ ਨੇ। 11 ਚਾਂਸ, 12 ਹੁਣ 3 ਗੇਂਦਾਂ ਦੇ ਵਿੱਚ 2 ਰਨ ਚਾਹੀਦੇ ਨੇ, ਕੀ ਸਵਿਤਾ ਜੀ ਜਿੱਤਣਗੇ ਜਾਂ ਫਿਰ ਅਲਾਪ ਵੀਰਾ? 13 ਉਹ 2 ਗੇਂਦਾਂ, ਸੋ ਟਾਈ ਹੋ ਚੁੱਕਿਆ ਜੀ, 1 ਗੇਂਦ 1 ਚਾਂਸ, ਤੇ ਜੇ ਪਾ ਲਿਆ ਤਾਂ ਫਿਰ ਸਵਿਤਾ ਜੀ ਜਿੱਤਣਗੇ, ਤੇ ਫਿਰ ਸਜ਼ਾ ਮਿਲੇਗੀ ਅਲਾਪ ਵੀਰੇ ਨੂੰ। ਹਾਂਜੀ, ਸਵਿਤਾ ਜੀ ਲਈ ਵਿਨਰ ਨੇ ਜੀ। ਓਕੇ, ਸੋ ਹੁਣ ਮੈਂ ਟਵਿਸਟ ਦੱਸਾਂ, ਤੁਹਾਨੂੰ ਇੱਥੇ ਲਾਣੇ ਪੈਣੇ ਨੇ ਪੁਸ਼ਅਪ। You can do it. Come on, Alav. Push up. Yay!
ਫਿਲਹਾਲ ਵਕਤ ਇਹ ਦੱਸ ਰਿਹਾ ਕਿ ਇੱਕ ਬ੍ਰੇਕ ਵੀ ਆਪਾਂ ਲੈ ਲਈਏ, ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ।